ਹੋ ਦਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ੀਅਨਸ ਗਰੁੱਪ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਸਤਿ ਸ਼੍ਰੀ ਅਕਾਲ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਇਹਦਾਗਾ ਵਾਲਾ ਆਈਕਨ ਪ੍ਰੈਸ ਕਰ ਲੈਣਾ ਤੇ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਜਿਹੜੀ ਮਿਲਦੀ ਰਹੇ ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ BSNL ਭਾਰਤ ਸੰਚਾਰ ਨਿਗਮ ਲਿਮਟਿਡ ਦੇ ਵਿੱਚ ਬਹੁਤ ਬੱਡੀ ਜਿਹੜੀ ਵੈਕੈਂਸੀ ਹੈਗੀ ਆਊਟ ਹੋ ਚੁੱਕੀ ਹੈ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਡਿਸਕਸ ਕਰਾਂਗੇ ਕੀ ਕੀ ਕੁਆਲਿਫੀਕੇਸ਼ਨ ਹੈ ਕਿੰਨੀਆਂ ਵੈਕੈਂਸੀਆਂ ਨੇ ਟੋਟਲ ਕੀ ਕੀ ਰਿਕੁਆਇਰਮੈਂਟ ਚਾਹੀਦੀ ਹੈ ਉਹਦੇ ਲਈ ਸਾਰਾ ਆਪਾਂ ਡਿਟੇਲਸ ਦੇਖਾਂਗੇ ਤੇ ਕਦੋਂ ਅਪਲਾਈ ਹੋਣੀ ਹੈ ਨਾ ਕਿੰਨੀ ਡੇਟ ਤੱਕ ਅਪਲਾਈ ਹੋਣੀ ਹੈ ਸਾਰਾ ਕੁਝ ਆਪਾਂ ਦੇਖਦੇ ਦੇ ਵਿੱਚ ਆ ਜਾਓ ਦੇਖੀਏ ਫਿਰ ਭਾਰਤ ਸੰਚਾਰ ਨੈਗਵੋ ਲਿਮਟਿਡ ਦੇ ਵਿੱਚ BSNL ਦੇ ਵਿੱਚ ਵੈਕੈਂਸੀਆਂ ਆਊਟ ਹੋਈਆਂ ਨੇ ਜੀ ਡੇਟ ਹੈਗੀ 31 12 ਓਕੇ ਸਬਜੈਕਟ ਫੋਰਵਰਡਿੰਗ ਨਰਕਰ ਮੈਂ ਰੂਲ ਜੂਨੀਅਰ ਟੈਲੀਕਮ ਅਫਸਰ ਕਿਹੜੀ ਪੋਸਟ ਹੈ ਬਈ ਜਟੂ ਦੀ ਪੋਸਟ ਹੁੰਦੀ ਹੈਗੀ ਜੂਨੀਅਰ ਟੈਲੀਕਮ ਅਫਸਰ ਵਾਦਦੇ ਨੇਗੇ ਜੇਟੂ ਠੀਕ ਹੈ ਜੂਨੀਅਰ ਟੈਲੀਕਮ ਅਫਸਰ ਓਕੇ ਨੈਕਸਟ ਨੈਕਸਟ ਇਹਦੇ ਵਿੱਚ ਕੀ ਹੈਗਾ 31 12 ਇਨਫੋਰਮੇਸ਼ਨ ਤੱਕ ਇਹ ਤਾਂ ਡਿਟੇਲ ਇਹਨੇ ਕਿਹਾ ਵੀ 31 12 ਜੋ ਅਸੀਂ ਨਹੀਂ ਦਿੱਤੀ ਤੁਹਾਨੂੰ ਤੇ ਆਪਾਂ ਨੈਕਸਟ ਦੇਖਦੇ ਹਾਂ ਠੀਕ ਹੈ ਕੀ ਹੈ ਨੈਕਸਟ ਸਾਡੇ ਕੋਲੇ ਆ ਗਿਆ ਜੀ ਜੂਨੀਅਰ ਟੈਲੀਕਮ ਅਫਸਰ ਟੈਲੀਕਮਰ ਕਰਮਟਰ ਰੂਲਸ 2023 ਦੇ ਰੂਲ ਠੀਕ ਹੈ ਪੋਸਟ ਦਾ ਨੇਮ ਕੀ ਹੈਗਾ ਆਹ ਪੋਸਟ ਦਾ ਨੇਮ ਹੈਗਾ ਜੂਨੀਅਰ ਟੈਲੀਕਮ ਆਫੀਸਰ ਟੈਲੀਕਮ ਜੀਟੀਓ ਓਕੇ ਤੇ ਨੈਕਸਟ ਕੀ ਇਹਦੇ ਵਿੱਚ ਪੋਸਟਾਂ ਦੀ ਗਿਣਤੀ ਹੈ ਜੀ 11000 705 ਠੀਕ ਹੈ ਕਲਾਸੀਫਿਕੇਸ਼ਨ ਕੀ ਹੈਗਾ ਐਗਜ਼ੀਕਿਊਟਿਵ ਠੀਕ ਹੈ ਪੇ ਸਕੇਲ ਇਹਦਾ ਕਿੰਨਾ ਰਹਿਣ ਵਾਲਾ ਜੀ 16400 ਤੋਂ 40500 ਦੇ ਅਰਾਊਂਡ ਹੈ ਜਿਹੜਾ ਪੇ ਸਕੇਲ ਇਹਦਾ ਰਹੂਗਾ ਸਿਲੈਕਸ਼ਨ ਪੋਸਟ ਹੋ ਏਜ ਲਿਮਿਟ ਇਹਦੇ ਵਿੱਚ ਕਿੰਨੀ ਹੈ ਜੀ ਏਜ ਲਿਮਿਟ ਫੋਰ ਡਾਇਰੈਕਟਰ ਗਵਰਨਮੈਂਟ ਸ਼ੁੱਡ ਬੀ ਬਿਟਵੀਨ 20 ਐਂਡ 30 ਇਅਰ ਔਨ ਕਹਿੰਦਾ ਸਰਕੂਲਰ ਡੇਟ ਠੀਕ ਹੈ ਜੀ ਜਾਂ 20 ਐਂਡ 30 ਓਕੇ ਉੱਪਰ ਏਜ ਲਿਮਿਟ ਔਨ ਸਰਕੂਲਰ ਡੇਟ ਕਹਿੰਦਾ 5 ਸਾਲ ਦੀ ਛੋਟ ਐਸੀ ਵੀ ਐਸੀ ਤੇ ਐਸਟੀ ਕੈਂਡੀਡੇਟ 3 ਇਅਰ ਦੀ ਛੋਟ ਹੈ ਜਿਹੜੀ ਵੀਸੀ ਕੈਟਾਗਰੀ ਹੁੰਦੇ ਨੇ ਓਬੀਸੀ ਕੈਟਾਗਰੀ ਉਹਨਾਂ ਲਈ ਅੱਗੇ 10 ਸਾਲ ਦੀ ਪੀਡਬਲਯੂਡੀ ਲਿਆਨੇ 15 ਦੀ ਸਸੀ ਐਸਟੀ ਜਿਹੜੇ ਪੀਡਬਲੂਡੀ ਦੇ ਵਿੱਚ ਆਉਂਦੇ ਨੇ ਠੀਕ ਹੈ ਉਹਨਾਂ ਲਈ ਅੱਗੇ ਆਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿ ਦੇਖ ਕੇ 7 ਨੰਬਰ ਤੇ ਇਹਨਾਂ ਦੀ ਕੁਆਲੀਫਿਕੇਸ਼ਨ ਆ ਗਈ ਬਈ ਠੀਕ ਹੈ 7 ਨੰਬਰ ਤੇ ਕੀ ਹੈ ਕੁਆਲੀਫਿਕੇਸ਼ਨ ਆ ਗਈ ਬੈਚਲਰ ਆਫ ਦਾ ਇੰਜੀਨੀਅਰਿੰਗ ਡਿਗਰੀ ਔਰ ਜੈ ਇਕੁਇਵਲੈਂਟ ਇਹਦੇ ਬਰਾਬਰ ਦੀ ਯੋਗਤਾ ਹੋਵੇ ਸੈਂਟਰਲ ਗਵਰਨਰ ਸਟੇਟ ਕਿਤੋਂ ਵੀ ਯੂਨੀਵਰਸਿਟੀ ਤੋਂ ਕੀਤੀ ਹੋਵੇ ਤਾਂ ਜਿਹੜੀ ਬੈਚਲਰ ਇੰਜੀਨੀਅਰ ਡਿਗਰੀ ਹੈ ਨਾ ਉਹ ਟੈਲੀ ਕਮਿਊਨੀਕੇਸ਼ਨ ਦੇ ਵਿੱਚ ਇਲੈਕਟ੍ਰੋਨਿਕ ਦੀ ਰੇਡੀਓ ਦੀ ਕੰਪਿਊਟਰ ਦੀ ਜਾਂ ਇਲੈਕਟ੍ਰੀਕਲ ਜਾਂ ਆਈਟੀ ਦੀ ਇਨਫੋਰਮੇਸ਼ਨ ਟੈਕ ਟੈਕਨੀਸ਼ੀਅਨ ਦੀ ਕੀਤੀ ਹੋਵੇ ਠੀਕ ਉਸ ਤੋਂ ਬਾਅਦ ਚੋਂ 8ਵੇਂ ਦੇ ਵਿੱਚ ਨੋਟ ਕੇਸਾਂ ਦੀ ਹੈ ਠੀਕ ਹੈ ਕੇਸ ਦੇ ਵਿੱਚ ਨੋਟ ਅਵੇਲੇਬਲ ਹੈ 2 ਇਅਰ ਫਾਰ ਟਰੈਕਟਰ ਰਿਕਵਰਮੈਂਟ ਠੀਕ ਹੈ ਪ੍ਰੋਵੀਜ਼ਨ ਜਿਹੜਾ ਪੀਡ ਹੈਗਾ 2 ਇਅਰ ਹੈ ਫਾਰ ਟਰੈਕਟਰ ਜਿਹੜੇ ਰਿਕਵਰਮੈਂਟ ਹੋਣਗੇ ਉਹਨਾਂ ਦੇ ਲਈ ਉਸ ਤੋਂ ਬਾਅਦ ਚੋਂ ਨੈਕਸਟ ਇਹ ਕੁਝ ਆਪਣੇ ਕੰਮ ਦਾ ਨਹੀਂ 11ਵੇਂ ਪੁਆਇੰਟ ਦੇ ਵਿੱਚ ਕੀ ਹੈ ਗੈਰਮਪਰਦੇ ਵਿੱਚ ਕਹਿੰਦਾ 50% ਇਨ ਇੰਟਰਨਲ ਕੈਂਡੀਡੇਟ ਰੈਫਰ ਟੂ ਕਹਿੰਦਾ ਆਈਟਮ ਕਾਲਮ ਨੰਬਰ 10 ਦੇ ਅਧੀਨ ਜਿਹੜੀ ਇਹਨਾਂ ਦੀ ਪੇ ਸਕੇਲ ਹੈ ਨਾ 13600 ਤੋਂ 25420 ਦੇ ਵਿੱਚ ਉਸ ਤੋਂ ਬਾਅਦ ਉਹ ਨੈਕਸਟ ਐਨਈ ਦੇ ਵਿੱਚ ਆਬ ਵਿਦ ਕੰਬਾਈਨਡ 5 ਇਅਰ ਟੂ ਰੈਜ਼ੀਡੈਂਟ ਪੀਰੀਅਡ ਇਨ ਦਾ ਪੇ ਸਕੇਲ ਆਫ ਦਾ ਐਨਈ ਕਦਾ 7 13000 ਤੋਂ 25400 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਜੋ ਕੀ ਕਹਿੰਦਾ ਇਹ 1 ਜਨਵਰੀ ਉਹਦੇ ਵਿੱਚ ਈਅਰ ਦੇ ਕਹਿੰਦਾ ਆਈ ਸੀ ਇਨਸ਼ੀਅਰ ਨੋਟੀਫੀਕੇਸ਼ਨ ਟੂ ਇਹ ਆਪਣੇ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਉਹ ਇਧਰ ਆਪਣੇ ਕੋਲੇ ਆ ਗਏ ਸੀਗਾ انفੋਰਮੇਸ਼ਨ ਟੈਕਨੋਲੋਜੀ ਇੰਸਟੀਮੇਸ਼ਨ ਦੇ ਵਿੱਚ ਜਾ ਕੇ ਨਾ ਐਮ ਐਸ ਸੀ ਇਲੈਕਟ੍ਰੋਨਿਕ ਐਮ ਐਸ ਸੀ ਕੰਪਿਊਟਰ ਦੇ ਵਿੱਚ ਹੋਏ ਸਾਇੰਸ ਫਰੋਮ ਯੂਨੀਵਰਸਿਟੀ ਦੇ ਕੀਤੀ ਹੋਏ ਤੇ ਉਸ ਤੋਂ ਬਾਅਦ ਜੋ ਇਧਰ ਆਪਣੇ ਕੋਲੇ ਆ ਜਾਂਦੇ ਨੇ ਕਿ 3 ਈਅਰ ਠੀਕ ਹੈ 3 ਈਅਰ ਡਿਪਲੋਮਾ ਇਹਨਾਂ ਡਿਸਪਲਾਈਨ ਟ੍ਰੇਡ ਦੇ ਵਿੱਚ ਕੀਤਾ ਹੋਏ ਜਿਹੜਾ ਕਿ 7 ਨੰਬਰ ਦੇ ਵਿੱਚ ਇਹਨੇ ਦਰਸਾਇਆਗਾ ਬੀ ਐਸ ਸੀ ਇਲੈਕਟ੍ਰੋਨਿਕ ਤੇ ਵਿੱਚ ਹੋਵੇ ਕੰਪਿਊਟਰ ਸਾਇੰਸ ਬੀ ਐਸ ਸੀ ਵਿਦ ਫਿਜ਼ਿਕਸ ਐਂਡ ਮੈਥ ਨਾਲ ਹੋਵੇ ਤੇ ਉਹ ਵੀ ਇਹਨੂੰ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਜੀ ਟਿਊ ਦੀ ਨੂੰ ਓਕੇ ਜੀ ਨੈਕਸਟ ਸਾਡੇ ਕੋਲ ਆਇਆ ਨਾ ਬਈ ਇਹਦੇ ਵਿੱਚ ਡੇਟ ਠੀਕ ਹੈ 31 ਤਰੀਕ ਤੋਂ ਆਨਲਾਈਨ ਸਟਾਰਟ ਨੇ ਫਾਰਮ ਇਹਦੇ 31 ਤਰੀਕ ਤੋਂ ਭਰ ਸਕਦੇ ਹਾਂ ਤੁਸੀਂ ਅੱਜ ਵੀ ਫਾਰਮ ਤੇ ਲਾਸਟ ਡੇਟ ਇਹਦੀ ਕਿੰਨੀ ਅਪਲਾਈ ਕਰਨ ਦੀ ਜੀ ਲਾਸਟ ਡੇਟ ਇਹਦੀ 31 1 ਜਨਵਰੀ 31 ਜਨਵਰੀ ਹੀ ਲਾਸਟ ਡੇਟ ਹੈ ਠੀਕ ਹੈ 20 ਸਾਲ ਕਟੂ ਕਟੂ ਉਮਰ ਹੋਣੀ ਚਾਹੀਦੀ ਗੀ ਤੇ 30 ਸਾਲ ਵੱਧ ਤੋਂ ਵੱਧ ਮੈਕਸਿਮਮ ਹੋਣੀ ਚਾਹੀਦੀ ਠੀਕ ਹੈ 20 ਤੋਂ 30 ਦੇ ਵਿੱਚ ਏਜ ਇਹਨਾਂ ਦੀ ਹੈਗੀ ਹੈ ਉਹ ਇਹਨਾਂ ਨੂੰ ਭਰ ਸਕਦੇ ਨੇ ਠੀਕ ਹੈ ਡਿਪਲੋਮਾ ਡਿਗਰੀ ਅਲੋਡ ਇਹਦੇ ਵਿੱਚੋਂ ਭਰ ਸਕਦੇ ਨੇਗੇ ਤੇ ਚਲੋ ਠੀਕ ਹੈ ਜੀ ਓਕੇ ਥੈਂਕ ਯੂ